pioneers in weight loss surgery, kularhospital.com, Ludhiana, Punjab. ਹਾਂਜੀ ਕਿੱਦਾਂ ਫਿਰ ਠੀਕ ਰਿਹਾ ਠੀਕ ਹੈ ਅਤੇ ਕਿੰਨਾ ਘਟਿਆ 7 ਕਿਲੋ ਹਾਂਜੀ ਸ਼ੂਗਰ ਦਾ ਦੱਸੋ ਸ਼ੂਗਰ ਕਿਵੇਂ ਠੀਕ ਰਹੀ ਹੈ ਸ਼ੂਗਰ ਹਾਂਜੀ ਠੀਕ 200 ਤੋਂ ਘੱਟ ਹੀ ਆਉਂਦੀ ਹੈ ਪਹਿਲਾਂ 400 450 ਆਉਂਦੀ ਪਹਿਲਾਂ 450-450 ਸੀਗੀ ਸ਼ੂਗਰ ਦਾ ਹਜੇ ਵੀ ਧਿਆਨ ਰੱਖਣਾ ਤੁਸੀਂ ਠੀਕ ਹੈ ਇਹ ਨਹੀਂ ਸੋਚਣਾ ਕਿ ਆਪਾਂ ਸ਼ੂਗਰ ਨੂੰ ਖਤਮ ਕਰਤਾ ਨਹੀਂ ਵੈਸੇ ਜੇ ਭਾਰ ਘੱਟਦਾ ਉਹਦੇ ਨਾਲ ਬਿਹਤਰ ਹੋ ਜਾਂਦੀ ਹੈ ਸ਼ੂਗਰ 3-4 ਮਹੀਨੇ ਬਾਅਦ ਨਾ ਇਹਦਾ ਇੱਕ ਹੋਰ ਟੈਸਟ ਹੁੰਦਾ ਜਿਹਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਿਛਲੇ 3 ਮਹੀਨੇ ਦਾ ਰਿਪੋਰਟ ਕੀ ਸੀਗੀ ਇੱਕ ਰਿਪੋਰਟ ਆ ਜਾਂਦੀ ਹੈ 3 ਮਹੀਨੇ ਦੀ ਐਵਰੇਜ ਠੀਕ ਹੈ ਉਹ 6 ਦੇ ਨੇੜੇ ਆਪਾਂ ਲੈ ਕੇ ਆਉਣੀ ਹੈ ਦੇਖੋ ਕਿੰਨੀ ਸੀ ਇਹਨਾਂ ਦੀ ਐਚ-ਬੀ-ਏ-ਵਨ-ਸੀ 10 ਸੀਗੀ ਤੁਹਾਡੀ 10 ਦਾ ਮਤਲਬ ਆ ਵੀ ਹਮੇਸ਼ਾ ਹੀ ਤੁਹਾਡਾ 200 ਦੇ ਨੇੜੇ ਐਵਰੇਜ ਰਹੀ ਆ ਅਤੇ ਆਪਾਂ 10 ਨਹੀਂ ਰੱਖਣੀ 6 'ਤੇ ਲੈ ਕੇ ਆਉਣੀ ਹੈ ਉਹਦੇ ਲਈ ਆਪਾਂ ਕਰ ਕੀ ਸਕਦੇ ਹਾਂ ਇੱਕ ਤਾਂ ਆਹ ਆਪਰੇਸ਼ਨ ਕਰ ਲਿਆ ਜਿਹਦੇ ਨਾਲ ਭਾਰ ਘੱਟ ਜਾਣਾ ਭਾਰ ਘੱਟਣਾ ਸ਼ੂਗਰ ਬੈਟਰ ਹੋ ਜਾਣੀ ਪਰ ਫਿਰ ਵੀ ਮਿੱਠਾ ਵਗੈਰਾ ਨਾ ਖਾਓ ਐਕਸਟਰਾ ਸੈਰ ਸੂਰ ਕਰਦੇ ਰਹੋ ਚੈੱਕ ਕਰਦੇ ਰਹੋ ਸ਼ੂਗਰ ਬਾਕੀ ਖਾਣ ਪੀਣ ਦਾ ਜਿੱਦਾਂ ਮੈਂ ਦੱਸਿਆ ਹੀ ਹੈ ਪਹਿਲਾਂ ਥੋੜ੍ਹਾ ਥੋੜ੍ਹਾ ਹੁਣ ਜਿਵੇਂ ਸੋਲਿਡ ਰੋਟੀ 1-2-4 ਬੁਰਕੀਆਂ ਹੌਲੀ ਹੌਲੀ ਖਾ ਕੇ ਦੇਖਿਆ ਸੀ ਕੁਛ ਤੁਸੀਂ ਸੇਬ ਖਾਧਾ ਹਾਂ ਸੇਬ ਖਾਧਾ ਸੀਗਾ ਬਸ ਠੀਕ ਹੈ ਐਂ ਹੌਲੀ ਹੌਲੀ ਲੋਡ ਪਾਉਣਾ ਇੱਕਦਮ ਤੇਜ਼ੀ ਨਹੀਂ ਕਰਨੀ ਬਸ ਠੀਕ ਹੈ